साढ़े कोल तोप हवाई सी और यही रहूगी। गोले ज्ञान दे रहेंगे, तोप हवाई रहूगी। यही ब्रह्म ज्ञानियों को रहे ने, तो गांह दियां तोपां इन्हां दियां होंदियां जिन्हां राज करने ने, अपां नहीं करनियां ने। प्रेम पलीता सुरत हवाई, गोला ज्ञान चलाया, गोला ज्ञान दे नाल ढा देना सी सब कुछ। कूड़ दे जड़े कोट हुंदे ने, कलर दियां कन्नां हुंदियां ने, ਉਹ ਗਿਆਨ ਦੇ ਗੋਲਾਂ ਦੇ ਧਮਾਕੇ ਨਾਲ ਢਹਿ ਜਾਂਦੀਆਂ ਨੇ। ਉਹੀ ਚਲਾਈਆਂ ਨੇ। ਬਹੁਤ ਬੜੀ ਗਲਤੀ ਸੀ ਗੁਰਦੁਆਰੇ ਬਣਾਉਣੇ। ਆ ਜਿਹੜੇ ਹੋਰ ਬਣਾਏ ਜਾਂਦੇ ਨੇ, ਹੁਣ ਤਾਂ ਅਕਾਲ ਤਖ਼ਤ ਵਾਲੇ ਹੀ ਦੁਖੀ ਨੇ। ਗੁਰਦੁਆਰੇ ਬਣਾਏ ਜਾਂਦੇ ਨੇ, ਕਿਉਂ? ਇਹਨਾਂ ਦੀ ਪਕੜ ਘਟੀ ਜਾਂਦੀ ਹੈ। ਜਿੰਨੇ ਗੁਰਦੁਆਰੇ ਵੱਧਦੇ ਨੇ, ਓਨੀ ਹੀ ਸੰਗਤ ਡਿਵਾਈਡ ਹੋਈ ਜਾਂਦੀ ਹੈ, ਸੰਗਤ ਦੀ ਏਕਤਾ ਭੰਗ ਹੋਈ ਜਾਂਦੀ ਹੈ, ਓਨੀਆਂ ਹੀ ਪਾਰਟੀਆਂ ਬਣੀ ਜਾਂਦੀਆਂ, ਓਨੀ ਕਰਪਸ਼ਨ ਵਧੀ ਜਾਂਦੀ ਹੈ, ਓਨੀ ਸਿੱਖੀ ਨਿਘਾਰ ਵੱਲ ਜਾਈ ਜਾਂਦੀ ਹੈ। ਅਤੇ ਜਦੋਂ ਅਕਾਲੀ ਫੂਲਾ ਸਾਹਿਬ ਨੇ ਕਿਹਾ ਸੀ ਵੀ ਇਹ ਕੰਮ ਨਾ ਕਰੋ, ਉਦੋਂ ਸੁੱਤੇ ਪਏ ਸੀ ਇਹ। ਉਹਨੇ ਤਾਂ ਅੱਜ ਤੱਕ ਬ੍ਰਹਮ ਗਿਆਨੀਆਂ ਦਾ ਇੱਕ ਵੀ ਮੰਦਰ ਨਹੀਂ ਬਣਿਆ ਹੋਇਆ, ਕਿਸੇ ਭਗਤ ਨੇ ਕੋਈ ਮੰਦਰ ਨਹੀਂ ਬਣਾਇਆ। ਉਹ ਪਾਗਲ ਸੀ ਭਗਤ, ਇਹ ਜ਼ਿਆਦਾ ਅਕਲਮੰਦ ਸੀ। ਜਿੰਨੀਆਂ ਗਲਤੀਆਂ ਸਿੱਖਾਂ ਨੇ ਕੀਤੀਆਂ ਨੇ, ਓਨੀਆਂ ਹੀ ਭੁਗਤਣਗੇ, ਇਹ ਭੁਗਤੀਆਂ ਵੀ ਨੇ। ਭਗਤਾਂ ਦੇ ਇੰਨੇ ਬੰਦੇ ਨਹੀਂ ਸ਼ਹੀਦ ਹੋਏ ਜਿੰਨੇ ਇਹਨਾਂ ਦੇ ਹੋਏ ਨੇ। ਸਜ਼ਾ ਵੀ ਇਹਨਾਂ, ਕੁੱਟ ਵੀ ਇਹਨਾਂ 'ਤੇ ਪਈ ਹੈ, ਰਾਜ ਵੀ ਇਹਨਾਂ ਨੇ ਨਾਰਾ ਲਾਇਆ ਤਾਂ, ਛਿੱਤਰ ਵੀ ਇਹਨਾਂ ਨਹੀਂ ਖਾਧੇ ਨੇ, ਔਰ ਹੋਰ ਬਹੁਤ ਖਾਣਗੇ, ਖਾਂਦੇ ਹੀ ਰਹਿਣਗੇ। ਜਿੰਨਾ ਚਿਰ ਰਾਜ ਦੀ ਗੱਲ ਕਰਨਗੇ, ਗੁਰੂ ਪਰਮੇਸ਼ਰ ਨੇ ਇਹਨਾਂ ਦੀ ਕੋਈ ਮਦਦ ਨਹੀਂ ਕਰਨੀ, ਉੱਥੋਂ ਮਿਲਣੇ ਨੇ ਛਿੱਤਰ ਇਹਨਾਂ ਨੂੰ। ਜਾਂ ਪਰਮੇਸ਼ਰ ਇਹ ਨਹੀਂ ਚਾਹੁੰਦਾ, ਇਹ ਚਾਹੁੰਦੇ ਨੇ। ਪਰਮੇਸ਼ਰ ਤਾਂ ਕੀ ਲੱਗਦੇ ਨੇ ਫਿਰ? ਪਰਮੇਸ਼ਰ ਤਾਂ ਚਾਹੁੰਦਾ ਨਹੀਂ ਰਾਜ ਕਰੇ ਮੇਰਾ ਸਿੱਖ। ਸਿੱਖ ਕਹਿੰਦਾ ਮੈਂ ਰਾਜ ਕਰਨਾ, ਪਹਿਲਾਂ ਤਾਂ ਸਿੱਖੀ ਦੋ ਖਾਰਜ, ਦੂਆ ਪਰਮੇਸ਼ਰ ਖਿਲਾਫ ਇਹਨਾਂ ਦੇ। ਇਹਨਾਂ ਦੀ ਉਹ ਮਿੱਟੀ ਪਲੀਤ ਹੋਊਗੀ, ਹੋਊਗੀ ਮਿੱਟੀ ਪਲੀਤ ਤਾਂ ਪੁੱਛਦਾ ਕੌਣ ਹੈ। ਹਾਂ, ਪ੍ਰੋਬਲਮ ਖੜੀ ਕਰ ਰਹੇ ਨੇ ਜਿਹੜੇ ਸਿੱਖ ਬਾਹਰ ਗਏ ਹੋਏ ਨੇ, ਬਾਹਰਲੇ ਸੂਬਿਆਂ 'ਚ ਇਕੱਲੇ ਬੈਠੇ ਨੇ, ਉਹਨਾਂ ਨੂੰ ਜਿਹੜੀ ਪ੍ਰੋਬਲਮ ਹੋ ਰਹੀ ਹੈ, ਉਹਦਾ ਪਰਮੇਸ਼ਰ ਨੂੰ ਦੁੱਖ ਜ਼ਿਆਦਾ ਹੈ ਜਾਂ ਗੁਰਮੁਖਾਂ ਨੂੰ ਦੁੱਖ ਹੈ? ਜਾਂ ਤਾਂ ਪਰਮੇਸ਼ਰ ਦੇ ਬੰਦਿਆਂ ਨੂੰ ਦੁੱਖ ਹੈ, ਉਹਨਾਂ 'ਤੇ ਕੋਈ ਮੁਸੀਬਤ ਹੋਵੇ। ਦਿੱਲੀ 'ਚ ਕੀ ਹੋਇਆ? ਜਿਹੜੇ ਮਾਰੇ ਗਏ ਨੇ ਬਾਹਰ, ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਦਾ ਪਾਪ ਕਿਹਦੇ ਜੁੰਮੇ ਜਾਊਗਾ? ਮਾਰਨ ਵਾਲਿਆਂ ਦੇ ਜੁੰਮੇ ਤਾਂ ਘੱਟ ਜਾਊਗਾ, ਜਿਨ੍ਹਾਂ ਨੇ ਮਰਵਾਏ ਨੇ ਉਹਨਾਂ ਦੇ ਜੁੰਮੇ ਜ਼ਿਆਦਾ ਜਾਊਗਾ, ਮਾਰਨ ਵਾਲਿਆਂ ਦੇ ਜੁੰਮੇ ਵੀ ਜਾਊਗਾ। ਜਦ ਅਸੀਂ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਸੀ, ਹਰੀ ਸਿੰਘ ਨਾਲ ਉਹਨੇ ਕਿਹੜੀਆਂ ਕਰਤੂਤਾਂ ਕੀਤੀਆਂ ਸੀ ਉਹਦਾ ਨਹੀਂ ਪਤਾ, ਉਹ ਨਹੀਂ ਯਾਦ ਇਹਨਾਂ ਦੇ। ਭਾਈ ਵਿਰੋਧੀ ਤਾਂ ਉਵੇਂ ਕਰਦਾ ਹੀ ਹੁੰਦਾ, ਤੁਸੀਂ ਨਹੀਂ ਕੀਤੀਆਂ। ਜਿਹੜੀਆਂ ਕਰਤੂਤਾਂ ਹਰੀ ਸਿੰਘ ਨਾਲੂਆ ਨੇ ਕੀਤੀਆਂ ਨੇ, ਉਹ ਜਾਇਜ਼ ਸੀਆਂ। ਉਹੋ ਜਿਹੀਆਂ ਹੀ ਉਹ ਕਰਨਗੇ ਫਿਰ ਜੇ ਤੁਸੀਂ ਰਾਜ ਮੰਗੋਗੇ। ਰਾਜ ਤਾਂ ਜਾਂ ਤਖ਼ਤ ਜਾਂ ਤਖ਼ਤਾ, ਤਖ਼ਤਾ ਹੁੰਦਾ ਅਰਥੀ। ਰਾਜ ਵਾਸਤੇ ਪਹਿਲਾਂ ਤਾਂ ਜਾਂ ਤਾਂ ਤਖ਼ਤ, ਰਾਜ ਦਾ ਸਿੰਘਾਸਣ, ਜਾਂ ਫਿਰ ਅਰਥੀ, ਦੋ ਚੀਜ਼ਾਂ ਮਿਲਦੀਆਂ ਰਾਜੇ। ਮੁਕਤੀ ਕਿੱਥੇ ਗਈ? ਇਹ ਤਾਂ ਤਖ਼ਤ ਆ, ਤਖ਼ਤਾ ਮੰਗਦੇ ਨੇ, ਮੁਕਤੀ ਕਿੱਥੇ ਗਈ? ਮੁਕਤੀ ਭੁੱਲ ਗਏ। ਹਾਂਜੀ, ਲਖੀ ਆਬਾ ਲੱਜੀ ਚੰਚਲਾ, ਲਖੀ ਆਬਾ ਲੱਜੀ ਚੰਚਲਾ, ਲੱਜੀ ਚੰਚਲਾ। ਆਬਾ ਨੂੰ ਦੇਖ ਕੇ, ਜਿਹੜੀ ਚੰਚਲਾ ਉਹਦੀ ਆਬਾ ਨੂੰ ਦੇਖ ਕੇ, ਜੇ ਕੋਈ ਚੰਚਲ ਮੱਤ ਹੈ ਉਹ ਲੱਜਵਾਨ ਹੁੰਦੀ ਹੈ। ਜੇ ਕੋਈ ਚੰਗੀ ਗੱਲ ਕਰੇ, ਠੀਕ ਗੱਲ ਕਰੇ, ਜਿਹੜੇ ਖਾਲਿਸਤਾਨ ਦੇ ਹਮੀ ਨੇ, ਰਾਜ ਕਰੇਗਾ ਖਾਲਸਾ ਵਾਲੇ ਨੇ, ਜਦੋਂ ਅਸੀਂ ਗੱਲ ਗੁਰਮਤੀ ਕਰਾਂਗੇ, ਉਹਨਾਂ ਨੂੰ ਬੰਦਿਆਂ 'ਚ ਖੜਿਆਂ ਨੂੰ ਸ਼ਰਮ ਆਊਗੀ, ਸ਼ਰਮ ਆਊਗੀ, ਅਸੀਂ ਕੀ ਕਹਿੰਦੇ ਹਾਂ। ਔਰ ਹੁਣ ਫੇਸਬੁੱਕ 'ਤੇ ਉਹਨਾਂ ਦੇ ਖੁਦ ਆਦਮੀ ਗੱਲ ਮੈਨੂੰ ਪਤਾ ਲੱਗਿਆ, ਉਹ ਕਹਿਣ ਲੱਗ ਗਏ ਪੜ੍ਹ ਕੇ ਵੀ ਭਾਈ ਗੱਲ ਸੱਚੀ ਹੈ, ਗੁਰੂ ਤਾਂ ਨਹੀਂ ਚਾਹੁੰਦਾ ਵੀ ਰਾਜ ਸਿੱਖ ਕਰ ਲਓ, ਅਸੀਂ ਭੁਲੇਖਾ ਖਾ ਗਏ ਕਿਤੋਂ। ਰਾਜ ਕਰੇਗਾ ਖਾਲਸਾ ਦੇ ਅਰਥ ਉਲਟ ਲੈ ਕੇ ਭੁਲੇਖਾ ਖਾ ਗਏ। ਰਾਜ ਤਾਂ ਅਵਿਨਾਸ਼ੀ ਹੋ ਕਿਹਾ ਸੀ ਸਾਨੂੰ,
ਅਵਨਾਸ਼ੀ ਰਾਜ ਤੋਂ ਅਸੀਂ ਭੁਲੇਖਾ ਖਾ ਕੇ ਦੂਏ ਰਾਜ ਵੱਲ ਪੈ ਗਏ। ਇਹ ਗਲਤੀ ਨੂੰ ਸੁਧਾਰਨਾ ਹੀ ਯੋਗ ਹੈ। ਸੁਧਾਰਨ ਵਿੱਚ ਹੀ ਏਕਤਾ ਸਾਡੀ ਏਕਤਾ ਹੈ। ਦੁਨੀਆਂ ਚਾਹੁੰਦੇ ਨੇ ਮੁਸਲਮਾਨ ਰਾਜ ਹੋਵੇ ਸਾਡਾ, ਇਸਲਾਮ ਪੈਦਾ ਕਰ ਦੇਣਾ। ਉਹਨਾਂ 'ਚ ਹਜ਼ਾਰਾਂ ਦੇ ਵਿੱਚ ਬੰਦੇ ਨੇ ਮੁੰਡੇ ਤਿਆਰ ਕੀਤੇ ਹੋਏ ਮਨ ਬੰਬ ਵਾਲੇ, ਲੱਖਾਂ ਆਦਮੀ ਉਹਨਾਂ ਦੇ ਲੱਗੇ ਹੋਏ ਨੇ, ਬਹੁਤ ਬੜਾ ਨੈੱਟਵਰਕ ਹੈ ਉਹਨਾਂ ਦੇ ਕੋਲ, ਅਤੇ ਇਹਨਾਂ ਕੋਲ ਤਾਂ ਕੁਛ ਵੀ ਨਹੀਂ ਹੈ। ਉਹ ਇਸਲਾਮ ਪੈਦਾ ਕਰਨਾ ਚਾਹੁੰਦੇ ਨੇ ਦੁਨੀਆਂ ਦੇ ਵਿੱਚ। ਅਸੀਂ ਸਿੱਖੀਜ਼ਮ ਦੇ ਹਾਮੀ ਹਾਂ, ਗੁਰਮਤ ਅਸੀਂ ਪੈਦਾ ਕਰਨੀ ਹੈ ਸਾਰੀ ਦੁਨੀਆਂ 'ਚ। ਟੱਕਰ ਤਾਂ ਸਾਡੀ ਫਿਰ ਉਹਨਾਂ ਨਾਲ ਹੋਣੀ ਹੈ ਆਖਿਰ ਦੇ ਵਿੱਚ। ਅੱਜ ਉਹਨਾਂ ਉਹ ਮਾਸੀ ਦੇ ਮੁੰਡੇ ਕਿਉਂ ਲੱਗਦੇ ਨੇ ਇਹਨਾਂ ਨੂੰ, ਉਹ ਭਾਈ ਕਾਹਦੇ ਲੱਗਦੇ ਨੇ? ਆਖਰੀ ਲੜਾਈ ਉਹਨਾਂ ਨਾਲ ਹੈ। ਪਬਲਿਕ ਤਾਂ ਚਲੋ ਛੱਡ ਕੇ ਪਿੱਛੇ ਹੋ ਜੂਗੀ, ਕਹਿ ਦੂਗੀ ਚਲੋ ਬਈ ਕਰ ਲਓ ਤੁਸੀਂ ਖਾਲਿਸਤਾਨ ਬਣਾ ਲਓ, ਲੜੋ ਉਹਨਾਂ ਨਾਲ, ਕਿ ਉਹਨਾਂ ਨਾਲ ਲੜ ਲੈਣਗੇ ਇਹ। ਉਹਨਾਂ ਮੂਹਰੇ ਹਥਿਆਰ ਕੱਲ੍ਹ ਨੂੰ ਇਹਨਾਂ ਨੇ ਸੁੱਟਤੇ, ਸਾਰੇ ਪਾਕਿਸਤਾਨ ਬਣ ਜੂਗਾ, ਇਸਲਾਮ ਬਣ ਜੂ, ਸਿੱਖੀ ਕਿੱਥੇ ਜਾਊ? ਇਹ ਖਾਲਿਸਤਾਨੀਆਂ ਦੇ ਹੱਥੋਂ ਸਿੱਖੀ ਨੂੰ ਬਹੁਤ ਬੜਾ ਖਤਰਾ ਹੈ। ਇਹਨਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹਨਾਂ ਦੇ ਨਾਲ ਹੀ ਨਹੀਂ ਕੋਈ ਹੈ, ਇਹ ਨਾਲ ਲੈ ਕੇ ਕਿਸੇ ਨੂੰ ਚੱਲੇ ਨਹੀਂ ਸਕਦੇ। ਅੰਦਰ ਖਾਨੇ ਲੱਗਦਾ ਇਹ ਇਸਲਾਮ ਨਾਲ ਮਿਲੇ ਹੋਏ ਨੇ। ਇਹ ਹਥਿਆਰ ਸੁੱਟ ਕੇ ਤਾਂ ਮੁਸਲਮਾਨ ਬਣ ਜਾਣਗੇ, ਪਾਕਿਸਤਾਨ ਤਾਂ ਰਹਿੰਦੇ ਹੀ ਨੇ। ਕੀ ਭਰੋਸਾ ਹੈ ਉਹਨਾਂ ਦਾ ਵੀ ਅੰਦਰੋਂ ਸਿੱਖ ਨੇ? ਪਹਿਲਾਂ ਭਰੋਸਾ ਦਿਵਾਉਣ ਵੀ ਅਸੀਂ ਸਿੱਖ ਹਾਂ, ਸਿੱਖੀ 'ਤੇ ਭਰੋਸਾ ਦਿਵਾਉਣ ਵੀ ਸਿੱਖ ਹਾਂ ਅਸੀਂ, ਫਿਰ ਅਸੀਂ ਇਹਨਾਂ ਦੀ ਗੱਲ ਸੁਣੀਏ। ਦੋ ਚਾਰ ਸਿੱਖੇ ਸਾਨੂੰ ਦੱਸ ਦੇਣ ਵੀ ਆਏ ਸਿੱਖ ਨੇ, ਟੈਸਟ ਕਰ ਲੈਂਦੇ ਹਾਂ ਅਸੀਂ। ਇੱਕ ਅੱਧਾ ਖਾਲਸਾ ਹੀ ਦੱਸ ਦੇਣ ਵੀ ਸਾਡੇ ਕੋਲ ਹੈਗਾ, ਕੱਖ ਵੀ ਨਹੀਂ ਇਹਨਾਂ ਕੋਲ ਹੈ, ਕੁਛ ਨਹੀਂ, ਸਭ ਫਰੋਡ ਹੈ। ਹਾਂਜੀ, ਦ੍ਰਿੜ ਧਰਮਾ ਕਰਮਾ ਸੁਕਰਮਨ। ਦ੍ਰਿੜ ਧਰਮਾ, ਕਰਮ ਦ੍ਰਿੜ ਹੈ ਜਿਹੜੇ ਆਦਮੀ ਨੂੰ, ਕਰਮਾ ਸੁਕਰਮ ਉਹੀ ਠੀਕ ਕਰਮ ਕਰ ਸਕਦਾ ਹੈ। ਸ਼ੁਭ ਕਰਮ ਕੌਣ ਕਰ ਸਕਦਾ ਹੈ? ਜਿਹੜੀ ਧਰਮ ਦ੍ਰਿੜ ਹੈ, ਜਿਹਨੂੰ ਧਰਮ ਦ੍ਰਿੜ ਨਹੀਂ ਹੈ ਉਹ ਸ਼ੁਭ ਕਰਮ ਨਹੀਂ ਕਰ ਸਕਦਾ। ਦੇਹ ਸ਼ਿਵਾ ਵਰ ਮੋਹੈ ਇਹੈ, ਸ਼ੁਭ ਕਰਮ 'ਤੇ ਕਬਹੂ ਨਾ ਡਰੂੰ, ਨਾ ਡਰੂੰ ਅਰਸੋਂ ਜਬ ਜਾਏ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਪਹਿਲਾਂ ਧਰਮ ਇਹਨਾਂ ਨੂੰ ਦ੍ਰਿੜ ਹੈ, ਖਾਲਿਸਤਾਨ ਵਾਲਿਆਂ ਨੂੰ ਇਹ ਸਾਬਤ ਕਰਨ, ਧਰਮ ਦਾ ਹੀ ਗਿਆਨ ਹੈ ਨਹੀਂ ਇਹਨਾਂ ਨੂੰ, ਧਰਮ ਦ੍ਰਿੜ ਹੈ। ਦ੍ਰਿੜ ਕੀ ਹੈ? ਦ੍ਰਿੜ ਧਰਮਾ ਕਰਮਾ ਸੁਕਰਮ। ਜੇ ਧਰਮ ਦ੍ਰਿੜ ਹੈ, ਧਰਮ ਦੀ ਸਮਝ ਹੈ ਉਹਨਾਂ ਨੂੰ, ਤਾਂ ਹੀ ਉਹ ਸ਼ੁਭ ਕਰਮ ਕਰ ਸਕਦੇ ਨੇ, ਵਰਨਾ ਸ਼ੁਭ ਕਰਮ ਕਰੇ ਨਹੀਂ ਸਕਦੇ। ਸ਼ੁਭ ਕਰਮ ਕੀ ਹੈ? ਸਾਰੀ ਦੁਨੀਆਂ ਨੂੰ ਏਕਤਾ ਦੇ ਸੂਤਰ 'ਚ, ਪ੍ਰੇਮ ਦੇ ਸੂਤਰ 'ਚ ਪਰੋ ਦੇਣਾ ਸ਼ੁਭ ਕਰਮ। ਸਾਰੀ ਦੁਨੀਆਂ ਦੇ ਵਿੱਚੋਂ ਵੈਰ ਵਿਰੋਧ ਦਾ ਖਾਤਮਾ ਕਰ ਦੇਣਾ, ਨਫ਼ਰਤ ਦਾ ਖਾਤਮਾ ਕਰ ਦੇਣਾ ਸ਼ੁਭ ਕਰਮ ਹੈ। ਇੱਦੋਂ ਸ਼ੁਭ ਕਰਮ ਹੋਰ ਕੋਈ ਨਹੀਂ। ਗਰੀਬ ਦੀ ਰੱਖਿਆ ਕਰਨਾ ਸ਼ੁਭ ਕਰਮ ਹੈ, ਇੱਦੋਂ ਸ਼ੁਭ ਕਰਮ ਹੋਰ ਕੋਈ ਨਹੀਂ। ਅਤੇ ਧਰਮ ਦ੍ਰਿੜ ਹੈ ਕਰਾਊਗਾ ਹੈ। ਜੇ ਧਰਮ ਦ੍ਰਿੜ ਨਹੀਂ ਹੈ, ਧਰਮ ਦੇ ਇਹੀ ਤਾਂ ਕੰਮ ਨੇ, ਜਿਹਨੂੰ ਧਰਮ ਦ੍ਰਿੜ ਨਹੀਂ ਉਹ ਖਾਲਿਸਤਾਨ ਕਿੱਥੋਂ ਬਣਾ ਲੂਗਾ? ਬਲੈਕਮੇਲ ਕਿਹਨੂੰ ਕਰਦੇ ਨੇ? ਉਹ ਜ਼ਮਾਨਾ ਗਿਆ ਜਦੋਂ ਇਹਨਾਂ ਦੀ ਮਗਰ ਲੱਗਦੇ ਸੀ, ਉਹ ਗਿਆ ਤਾਂ ਨਹੀਂ, ਅਸੀਂ ਉਹ ਨਹੀਂ ਸੀ ਬੋਲੇ ਜਿਹਨਾਂ ਨੂੰ ਪਤਾ ਸੀ, ਕਹਿੰਦੇ ਰਹੇ ਬੋਲੋ ਬੋਲੋ ਬੋਲੋ, ਅਸੀਂ ਕਾ ਕੀ ਬੋਲੀਏ ਇਹਨਾਂ ਨੂੰ ਹਜੋ, ਕਿਉਂ ਜਿਹੜੇ ਬੋਲੋ ਕਹਿੰਦੇ ਐਤਵਾਰ ਉਹਨਾਂ ਦਾ ਵੀ ਹੈ ਨਹੀਂ, ਉਹ ਵੀ ਨੌਵੇਂ ਪਾਤਸ਼ਾਹ ਨੂੰ ਮੂਹਰੇ ਕਰਕੇ ਪਿੱਛੇ ਹਟ ਗਏ ਸੀ। ਪਹਿਲਾਂ ਪੰਜਾਬ ਕੇਸਰੀ ਵਾਲੇ ਹੀ ਕਹਿਣ 'ਤੇ ਬੋਲੋ, ਪੰਜਾਬ ਕੇਸਰੀ ਵਾਲਿਆਂ ਦਾ ਐਤਵਾਰ ਕਰਦਾ ਕੌਣ? ਇਹਨਾਂ ਦਾ ਕੌਣ ਐਤਵਾਰ ਕਰ ਲੂ? ਪੰਜਾਬ ਦੀ ਅੱਗ ਤਾਂ ਇਹਨਾਂ ਨਹੀਂ ਲਾਈ ਹੈ, ਖਾਲਸਾ ਤਾਂ ਇਹਨਾਂ ਨਹੀਂ ਪੈਦਾ ਕੀਤਾ। ਇਸ ਕਰਕੇ ਹੁਣ ਵਰਲਡ ਦੇ ਵਿੱਚ ਜਿਹੜੇ ਲੋਕ ਜ਼ਿੰਮੇਵਾਰ ਨੇ, ਜਿਨ੍ਹਾਂ ਦੇ ਹੱਥ ਵਿੱਚ ਕੁਛ ਹੈ, ਜਿਹੜੇ ਚਾਹੁੰਦੇ ਨੇ, ਬਹੁਤ ਕੁਛ ਹੋ ਚੁੱਕਿਆ ਅੱਤਵਾਦ 'ਤੇ, ਬਹੁਤ ਨੁਕਸਾਨ ਹੋ ਚੁੱਕਿਆ, ਰੀਅਲੀ ਆਦਮੀ ਅੰਦਰੋਂ ਚਾਹੁੰਦੇ ਨੇ ਵੀ ਇਹਦਾ ਇਲਾਜ ਹੋਵੇ, ਅਤੇ ਹੁਣ ਜਿਹੜੇ ਜ਼ਿੰਮੇਵਾਰ ਆਦਮੀ ਨੇ, ਹਾਂ ਉਹਨਾਂ ਨੇ ਕਿਹਾ ਵੀ ਧਰਮ ਦੇ ਦਾ ਮੁਕਾਬਲਾ, ਅੱਤਵਾਦ ਧਾਰਮਿਕ ਮੁੱਦਾ ਹੈ, ਗੋਲੀਆਂ ਦੀ ਬਜਾਏ ਧਾਰਮਿਕ ਲੈਵਲ 'ਤੇ ਇਹਦਾ ਇਲਾਜ ਹੋਵੇ,
ਕੋਈ ਧਰਮਕਾਲ ਆਦਮੀ ਜਿਹੜੇ ਨੇ ਉਹ ਫਰੰਟ 'ਤੇ ਆਉਣ, ਉਹ ਸਮਝਾਉਣ, ਉਹ ਲੜਾਈ ਲੜਨ। ਉਹ ਲੜਾਈ ਅਸੀਂ ਸ਼ੁਰੂ ਕਰਤੀ, ਉਹੀ ਲੜਾਈ ਸ਼ੁਰੂ ਕੀਤੀ ਹੈ। ਬਾਕੀ ਸਰਕਾਰਾਂ ਦੀ ਗੱਲ ਹੈ, ਉਹਨਾਂ 'ਤੇ ਅਸੀਂ ਇਹ ਨਹੀਂ ਕਹਿੰਦੇ ਸਾਡੀ ਇਮਦਾਦ ਕਰਨੀ, ਸਾਨੂੰ ਸੁਰੱਖਿਆ ਦੇਣ, ਸਾਨੂੰ ਕੋਈ ਲੋੜ ਨਹੀਂ ਕਿਸੇ ਦੀ। ਅਸੀਂ ਤਾਂ ਗੁਰੂ ਦੀ ਗੱਲ ਕਰਨੀ ਹੈ, ਗੁਰੂ ਸਾਡੇ ਨਾਲ ਹੈ, ਗੁਰੂ ਤੋਂ ਬੜੀ ਕੋਈ ਸ਼ਕਤੀ ਕਿਤੇ ਹੈ ਹੀ ਨਹੀਂ। ਸਾਨੂੰ ਉਹ ਡਰ ਨਾ ਹੈ, ਸਰਕਾਰ ਦਾ ਡਰ ਹੈ ਨਾ ਉਹਨਾਂ ਦਾ ਡਰ ਹੈ। ਗੱਲ ਸਰਕਾਰ ਦੇ ਵਿੱਚ ਵੀ ਚੰਗੀ ਨਹੀਂ ਹੈ, ਸਰਕਾਰ 'ਚ ਵੀ ਅੱਤਵਾਦ ਹੈ, ਸਰਕਾਰੀ ਇਹ ਵੀ ਧੱਕਾ ਕਰਦੇ ਨੇ, ਇਹਨਾਂ ਦੇ ਅਫਸਰ ਵੀ ਧੱਕਾ ਕਰਦੇ ਨੇ, ਘਾਟੇ ਵੀ ਹੈ ਨਹੀਂ। ਇਹਨਾਂ ਨੂੰ ਵੀ ਸੁਧਾਰ ਆਪਣੇ 'ਚ ਪਹਿਲਾਂ ਕਰਨਾ ਚਾਹੀਦਾ, ਅੱਤਵਾਦੀ ਬਾਅਦ 'ਚ ਸੁਧਰ, ਉਹਨਾਂ ਦੀ ਗੱਲ ਵੱਧਦੀ ਹੈ, ਅੱਤਵਾਦੀਆਂ ਦੀ ਗੱਲ ਵੱਧਦੀ ਹੈ। ਪਹਿਲਾਂ ਸਰਕਾਰ ਆਪਣੇ ਬੰਦਿਆਂ ਨੂੰ ਸੁਧਾਰੇ, ਜਿਹੜੇ ਇਹਨਾਂ ਦੇ ਪਾਵਰਸ ਨੇ, ਪਾਵਰ 'ਚ ਆਦਮੀ ਨੇ, ਚਾਹੇ ਫੌਜੀ ਨੇ, ਚਾਹੇ ਪੁਲਿਸ ਵਾਲੇ ਨੇ, ਚਾਹੇ ਦੂਜੇ ਨੇ, ਉਹ ਪਬਲਿਕ ਦੇ ਨਾਲ ਇਮਾਨਦਾਰੀ ਨਾਲ ਵਰਤਣ, ਬੰਦੇ ਹੋ ਕੇ ਵਰਤਣ, ਕਿ ਉਹਦੇ ਰਿਐਕਸ਼ਨ 'ਚੋਂ ਅੱਤਵਾਦ ਪੈਦਾ ਹੁੰਦਾ। ਅੱਤਵਾਦ ਪੈਦਾ ਕਿਉਂ ਹੁੰਦਾ? ਪਹਿਲਾਂ ਕਾਰਨ ਜਿਹੜਾ ਹੈਗਾ, ਕਾਰਨ ਬੰਦ ਹੋਣਾ ਚਾਹੀਦਾ, ਫਿਰ ਉਹ ਦੂਜਿਆਂ ਨਾਲ ਨਿਬੜ ਲਾਂਗੇ ਇਕੱਠੇ ਹੋ ਕੇ।